जस क्यों मेरी कुड़ी नूं तंग करदा ओ तां उत्थे पहले दुखी आई आ राणो इन्ना ना हैरान होण दी लोड़ नहीं मेरी गल सुन ला मैनू सही सही दस दे पुत किहदे नाल गल करदी है तैनू पता है मनप्रीत दी मां ने मेणा मारिया मैनू असल च बिगाड़िया सारा कुछ डैडी नहीं होया ते पहले तैनू रोब रखदा कानू सिर च गलियां करदी क्यों मेरी कुड़ी नूं तंग करदा ओह तां उत्थे पहले दुखी आई आ कुड़ी नूं ऐ पुछ दुखी हो के उत्थों क्यों कढ़ी उन्होंने बाली कुड़ी दी सैड लैनी आ जे तेनू गल का पता लगे ना तू आपे पुछे नू भी की गल हुई है कि ना ना की गल हो गई एहो जी वीरे की करता मैं एहो जा तैनू की पता नहीं तैनू कादे पिछे भेजे उन्होंने बाली पोलियो ना बण ओरे आ गई ओना मगर होर चतर चलाक मेनू घरे जरदे जोनी हैगे मनप्रीत बकवास ना मार बकवास मनप्रीत नहीं तू करदा जस गल की हो गई क्यों रोला पाया तू एनू दस दे गल की होई एनू पता नहीं उंगला लाउण वाली तां ए आ फोन ते गल्लां करदी फड़ी उन्होंने तां कड्डी धक्के मार मार के भाभी कोले फोन नहीं हैगा भाभी सहेलियां नाल गल्लां नहीं करदी मैं भी आपदी सहेली नाल गल्लां कर लेंगा ते की माड़ा करता इहदे च अच्छा तू कल ही सच्ची होगी ओ सारा टब्बर गलत हो गया पहला जदों गई थी पहला भी इसे गल पिछे दे छत्तर पए थे फोन पिछे ही पता भी है तैनू नाले क्यों बकवास करी जाना की पता वे मैनू जे कुड़ी ने किसी कुड़ी नाल गल कर ले तां कहरा गया तैनू की पता फिर कुड़ी नाले करी थी फिर उन्हां नूं की पता मैं मुंडे नाल ही करदी आं ਉਹ ਸਾਰਾ ਟੱਬਰ ਝੂਠਾ ਹੋ ਗਿਆ ਤੂੰ ਸੱਚੀ ਹੋ ਗਈ ਕੱਲੀ ਅੱਛਾ ਤੁਸੀਂ ਉਹਨਾਂ ਨਾਲ ਰਲੋ ਜਾ ਕੇ ਫਿਰ ਰਲੋ ਤੁਸੀਂ ਉਹਨਾਂ ਨਾਲ ਮੇਰੀ ਧੀ ਦਾ ਬੇੜਾ ਬਿਠਾ ਕੇ ਰੱਖ ਦਿੱਤਾ ਤੁਸੀਂ ਤਿੰਨਾ ਜਾਣਿਆਂ ਨੇ ਬੋਲੀ ਜਾਨੀ ਅੱਗੇ ਤਾਂ ਦੱਸਦੇ ਗੱਲ ਕੀ ਹੈ ਇੱਥੋਂ ਸੁਣ ਲੋ ਗੱਲ ਕੀ ਆ ਫੋਨ ਤੇ ਗੱਲਾਂ ਮਾਰਦੀ ਫੜੀ ਅਗਲੇ ਨੇ ਤਾਂ ਕਰੋ ਕੱਢੀ ਆ ਇਹ ਆਹ ਗੱਲ ਆ ਗਈ ਕੁੱਲ ਮਿਲਾ ਕੇ ਕੀ ਬਕਵਾਸ ਕਰੀ ਜਾਣਾ ਜੱਸ ਤੇਰੀ ਭੈਣ ਲੱਗਦੀ ਆ ਸ਼ਰਮ ਕਰ ਮਾੜੀ ਮੋਟੀ ਤੂੰ ਇਹਦੀ ਸਪੋਰਟ ਕਰਨੀ ਆ ਕਿਹਦੇ ਵਿਰੁੱਧ ਹੋਣਾ ਮੇਰੀ ਗੱਲ ਸੁਣ ਲਾ ਮਾਂ ਸਪੋਰਟ ਵਿਰੁੱਧ ਜੀ ਨਾ ਕਰ ਜਿਹੜਾ ਸਹੀ ਆ ਬੰਦਾ ਉਸੇ ਦੇ ਨਾਲ ਖੜਿਆ ਜਾਊਗਾ ਨਾ ਕਿ ਗਲਤ ਦੇ ਨਾਲ ਆਹੋ ਤੈਨੂੰ ਤਾਂ ਤੇਰੀ ਭੈਣ ਗਲਤ ਹੀ ਲੱਗਦੀ ਆ ਤੇਰੀ ਤੀਮੀ ਤੈਨੂੰ ਸਹੀ ਲੱਗਦੀ ਆ ਜਾਂ ਤੈਨੂੰ ਤਾਰੀ ਹੁਣੀ ਸਹੀ ਲੱਗਦੇ ਆ ਮੰਮੀ ਮੇਰੀ ਗੱਲ ਸੁਣ ਲੈ ਕੁਝ ਦੱਸਿਆ ਅਗਲੇ ਨੇ ਤਾਂ ਹੀ ਗੱਲ ਕਰਦਾ ਹਾਂ ਕੀ ਦੱਸਿਆ ਹਾਂ ਦੱਸਿਆ ਨਾਲੇ ਹੋਰ ਕੀ ਦੱਸਿਆ ਤੂੰ ਚੁੱਪ ਕਰ ਤੂੰ ਦੱਸਦਾ ਇਹ ਤੇਰੀਆਂ ਗਲਤੀਆਂ ਨੇ ਸਾਰੀਆਂ ਇਹ ਮਾਂ ਮੇਰੀ ਗੱਲ ਸੁਣ ਲੈ ਤੈਨੂੰ ਵੀ ਪਤਾ ਪਹਿਲਾਂ ਇਹਦੇ ਫੋਨ ਪਿੱਛੇ ਹੀ ਕਲੇਸ਼ ਹੋਇਆ ਸੀ ਜਦੋਂ ਆਪਾਂ ਉੱਥੇ ਗਏ ਸੀਗੇ ਆਓ ਫਿਰ ਮੇਰਾ ਤਾਂ ਗਲਾ ਘੁੱਟ ਦੋ ਮਾਰ ਦੋ ਮੈਨੂੰ ਇਹਦੇ ਫੋਨ ਪਿੱਛੇ ਤਾਂ ਕਲੇਸ਼ ਹੋਇਆ ਹੋਇਆ ਇਹਦੇ ਫੋਨ ਪਿੱਛੇ ਥੋੜਾ ਹੋਇਆ ਸੀ ਜੇ ਤਾਰੀ ਨੂੰ ਦੱਸਦਾ ਸੀ ਮੇਰੀ ਧੀ ਐਦਾਂ ਮੇਰੀ ਧੀ ਐਦਾਂ ਆਹੀ ਡਰਾਮੇ ਉੱਥੇ ਕਰਦੀ ਹੋ ਜਿਹੜੀ ਹੁਣ ਮੇਰਾ ਗਲਾ ਘੁੱਟ ਦੋ ਤੁਸੀਂ ਤਾਂ ਰਲ ਮਿਲ ਕੇ ਮੇਰੀ ਧੀ ਦੇ ਪੇਸ਼ ਪਏ ਹੋਏ ਆ ਤੁਸੀਂ ਮੇਰੀ ਧੀ ਨੂੰ ਬਸਣ ਨਹੀਂ ਦੇਣਾ ਤਿੰਨਾਂ ਨੇ ਓਏ ਬਸਣ ਅਸੀਂ ਨਹੀਂ ਰੋਕਦੇ ਬਸਣ ਤੂੰ ਨਹੀਂ ਦਿੰਦੀ ਥੋੜੀ ਥੋੜੀ ਜੁੱਤੀ ਸੋਹੀ ਹੁੰਦੀ ਨਾ ਮੇਰੀ ਧੀ ਨੂੰ ਕੋ ਹੱਥ ਕਿੱਦਾਂ ਲਾ ਜਾਂਦਾ ਹਾਂ ਅੱਛਾ ਗਲਤ ਅਸੀਂ ਸਪੋਰਟ ਕਰੀ ਜਾਈਏ ਹਲੇ ਵੀ ਕਹਿਣਾ ਦਈਏ ਅੱਛਾ ਉਹ ਸਹੀ ਹੈ ਜਿਹਨਾਂ ਦੀ ਤੂੰ ਸਪੋਰਟ ਕਰਦਾ ਉਹ ਮਾੜੇ ਵੀ ਵਿਚਾਰੇ ਕਿਹੜੀ ਗੱਲਾਂ ਨੇ ਹਾਂ ਹਲੇ ਇਹਨੂੰ ਤਾਂ ਕੀ ਕਹਿਣਾ ਵੀ ਜੇ ਤੇਰੀ ਭਾਈ ਕੋਈ ਗਲਤੀ ਆ ਚੱਲ ਗੱਲਬਾਤ ਹੋ ਗਈ ਸੋ ਹੋ ਗਈ ਤੂੰ ਇਹਨੂੰ ਹੋਰ ਸ਼ਾਇਦ ਦੇ ਤੇ ਚੱਕੀ ਜਾਨੀ ਆ ਜਦ ਮੇਰੀ ਧੀ ਦੀ ਗਲਤੀ ਹੈ ਹੀ ਨਹੀਂ ਮੈਂ ਕਿਉਂ ਮੰਨਾਂ ਤੈਨੂੰ ਕੀ ਪਤਾ ਤੇਰੀ ਧੀ ਦੀ ਗਲਤੀ ਨਹੀਂ ਹੈਗੀ ਤੁਸੀਂ ਕਿਉਂ ਕਹਿੰਦੇ ਹੋ ਟੱਕਰਾ ਮਾਰਦੇ ਹੋ ਸਿਰ ਕਿਉਂ ਭੰਨਦੇ ਹੋ ਆਪਦਾ ਜਦੋਂ ਕੰਧ ਨੂੰ ਸਮਝ ਹੀ ਨਹੀਂ ਆਉਂਦੀ ਕੋਈ ਗੱਲ ਹੂੰ ਆ ਦੇਖ ਲੈ ਦੱਸ ਇਹਨਾਂ ਦੀ ਜ਼ਿਆਦਾ ਸਮਝਦਾਰ ਪੱਥਰ ਤੇ ਬੂੰਦ ਪਈ ਕਿ ਨਾ ਪਈ ਇਹਨਾਂ ਦੀ ਤਾਂ ਇੱਕ ਬਰਾਬਰ ਹੈ ਨਹੀਂ ਸੁਣਦੀ ਆਪਣੀ ਖੜੀ ਤਾਂ ਦੇਖ ਕਿਵੇਂ ਆਕੜ ਚ ਮੈਂ ਕਿਧਰੋਂ ਕੋ ਵੱਡਾ ਭਾਦਰ ਕਰਾ ਕਰਕੇ ਆਈ ਹੁੰਦੀ ਮੇਰੇ ਸਿਰ ਤੇ ਖੜੀ ਐ ਪੈਰਾਂ 'ਚ ਜਾ ਕੇ ਡਿੱਗ ਜਾ ਵੀ ਹਾਂ ਮੈਂ ਗਲਤ ਆ ਜਦੋਂ ਮੈਂ ਗਲਤ ਹੈ ਹੀ ਨਹੀਂ ਇਹ ਤਾਂ ਕਹਿੰਦੇ ਉਹਨਾਂ ਦੇ ਪੈਰਾਂ 'ਚ ਜਾ ਕੇ ਮਨਪ੍ਰੀਤ ਤੇ ਦੀ ਮਾਂ ਡਿੱਗਣ ਸਾਰੀ ਉਮਰ ਮੇਰੀ ਧੀ ਉੱਥੇ ਛਿੱਤਰ ਖਾਵੇ ਛਿੱਤਰ ਖਾਂਦੀ ਮੇਰੀ ਧੀ ਦੀ ਜੁੱਤੀ ਅੱਛਾ ਲਾ ਬੰਨੇ ਬਈ ਹੱਥ ਵਗ ਜੋ ਅਸੀਂ ਆਪ ਹੀ ਕਰ ਲਾਂਗੇ ਕਿਹੜੀ ਗੱਲ ਸਹੀ ਆ ਕਿਹੜੀ ਗਲਤ ਆ ਚੱਲ ਮਨਪ੍ਰੀਤ ਅੰਦਰ ਜਾ ਕੇ ਆਰਾਮ ਕਰ ਤੂੰ ਤੁਹਾਡੇ ਨਾਲ ਨਹੀਂ ਆਏ ਵੱਡੇ ਤੇਰੇ ਵਰਗਾ ਪਿਓ ਤਾਂ ਮੈਂ ਦੇਖਿਆ ਨਹੀਂ ਜਿੱਦਾਂ ਦਾ ਤੂੰ ਆ ਕੰਜਰਾ ਉਹ ਮੈਨੂੰ ਤਾਂ ਲੱਗਦਾ ਤੇਰੇ ਵਰਗੀ ਮਾਂ ਆ ਰਹੇ ਕਿਸੇ ਦੇ ਜਿਹੜੀ ਆਪਣੀ ਧੀ ਨੂੰ ਪੁੱਠੀ ਸਿੱਖਿਆ ਦਿੰਦੀ ਆ ਦੇਖ ਲੈ ਪੁੱਤ ਆ ਜਿਹੜੀਆਂ ਗੱਲਾਂ ਤੋਂ ਆਪਾਂ ਡਰਦੇ ਸੀ ਨਾ ਉਹੀ ਆਪਣੇ ਮੂਹਰੇ ਆ ਗਈਆਂ ਹੋਰ ਗੱਲ ਤਾਂ ਇਹ ਆ ਜਿਹੜੀ ਗੱਲ ਮੈਨੂੰ ਤਾਰੀ ਨੇ ਦੱਸੀ ਹੈਗੀ ਮੈਨੂੰ ਤਾਂ ਉਹਦੀਆਂ ਗੱਲਾਂ 'ਚ ਸੱਚਾਈ ਲੱਗਦੀ ਹੈ ਪਹਿਲਾਂ ਵੀ ਇਸੇ ਗੱਲਾਂ ਪਿੱਛੇ ਤੇ ਫੋਨ ਪਿੱਛੇ ਕਲੇਸ਼ ਹੋਇਆ ਸੀ ਹੁਣ ਵੀ ਫੋਨ ਪਿੱਛੇ ਕਲੇਸ਼ ਆ ਜੱਸ ਜੋ ਹੋਣਾ ਸੀ ਨਾ ਹੋ ਗਿਆ ਤੁਸੀਂ ਆਪਦੇ ਘਰੇ ਕਲੇਸ਼ ਨਾ ਕਰੋ ਤੇ ਗੱਲਾਂ ਵਧਾਓ ਨਾ ਡੈਡੀ ਤੁਸੀਂ ਤਾਂ ਸਿਆਣੇ ਹੋ ਉਹਨਾਂ ਨਾਲ ਗੱਲ ਕਰ ਲਓ ਕੀ ਪਤਾ ਅਗਲਾ ਦੁਬਾਰੇ ਮੰਨ ਨਹੀਂ ਜਾਵੇ ਅਸ ਤਾਂ ਗੱਲ ਕਰ ਲਈ ਤੂੰ ਗੱਲ ਕਰਕੇ ਦੇਖ ਲਈ ਜੇ ਤੇਰੇ ਕਹੇ ਤੋਂ ਸਮਝਦੀ ਆ ਜਸ਼ਨ ਇਹਨਾਂ ਨੂੰ ਕਈ ਵਾਰ ਸਮਝਾਤਾ ਮੈਂ ਉਦੋਂ ਉੱਥੇ ਵੀ ਸਮਝਾ ਕੇ ਆਇਆ ਦੇਖ ਪੁੱਤ ਗੱਲ ਤਾਂ ਇਹਨਾਂ ਦੇ ਸਮਝਣ ਤੇ ਆ ਨਾ ਮਨਪ੍ਰੀਤ ਹੀ ਸਮਝ ਜੇ ਉਹ ਸਿਆਣੀ ਬਣ ਕੇ ਉੱਥੇ ਰਹਿਣ ਲੱਗ ਜੇ ਕਿਉਂ ਘਰ ਖਰਾਬ ਹੋਵੇ ਗੱਲ ਤਾਂ ਉਹੀ ਹੈ ਜੀ ਐਡੀ ਐਸ਼ ਹੋਊ ਕਿੱਥੇ ਘਰੇ ਕੋਈ ਹੈ ਨਹੀਂ ਖੈ ਨਹੀਂ ਚੰਗਾ ਕੰਮ ਕਾਰ ਆ ਚੰਗਾ ਕਾਰੋਬਾਰ ਆਗਾ ਇਹ ਤਾਂ ਉੱਥੇ ਐਸ਼ ਕਰੇ ਇਹ ਪਤਾ ਨਹੀਂ ਕੀ ਭਾਲਦੀ ਆ ਹੋਰ ਐਸ਼ ਇਹ ਤਾਂ ਕਰ ਲੈ ਦੀ ਮਾਂ ਨਹੀਂ ਨਾ ਕਰਨ ਦਿੱਤੀ ਤੇਰੀ ਮਾਂ ਦੇ ਹੀ ਤਾਂ ਪਿੱਟਣੇ ਪਵਾਏ ਆ ਸਾਰੇ
ना मां ने आप किसे ना कटना ना गाह किसे नु कटन देना। ओ सयाने दी कहावत ना सही है भी किसे जवाक दी मां माड़ी ना होवे सारी जिंदगी खराब हो जांदी है। गल्लां दो ने गियां, एक तां उहनां दी थू थू करा के आई आ हुण उत्थे उथों उहनां ने कढ़ी आ पता नहीं आप आई आ उथों, दूजा उरे बैठी रू उरे थू थू हो अपनी सारी आंढ गवांढ सारा ही कहूगा। आ तेरी मां नु थोड़ी कहूगा आके कहूगा बाहर तो आप जाने। ओ इन्हां ने कहड़ा बारे निकलना हुंदा मूंह मत्थे तां लोकां दे आपा लगना। चल पुत की इन्हां दीआं गल्लां आ जाओ तू देख ली समझा के जे समझोगी जसन। असल च बगाड़ा सारा कुछ डैडी नहीं होया जे पहले दिनों रोब रखदा कानू सिर चगलियां करदी। चल समझा के देख ली हुण मैं की टक्करा मारा इन्हां ने तां मैनूं लवे नहीं लगण देना समझाउण दीआं गल्लां करदे हो। ਵੇਲੇ ਮੱਥੇ ਚੋਂ ਤਿਉੜੀਆਂ ਕੱਢ ਲਿਆ ਕਰ। ਬਸ ਹੁਣ ਨਿਕਲ ਜਾਣਗੀਆਂ ਤਿਉੜੀਆਂ। ਕਿਉਂ ਇਹੋ ਜਿਹਾ ਕੀ ਹੋ ਗਿਆ? ਜੱਸੇ ਦਾ ਫੋਨ ਆਇਆ ਸੀ ਮੈਨੂੰ। ਹਾਂ ਕੀ ਕਹਦਾ? ਮੈਂ ਤੈਨੂੰ ਸਾਰਾ ਕੁਝ ਦੱਸਤਾ। ਮੈਂ ਬਈ ਤੇਰੀ ਭੈਣ ਦੀ ਕਰਤੂਤ ਠੀਕ ਨਹੀਂ ਹੈਗੀ, ਮੈਂ ਦਿਨ ਰਾਤ ਦੇ ਫੋਨ ਤੇ ਲੱਗੀ ਰਹਿੰਦੀ ਹੈ। ਨਾਲੇ ਪਹਿਲਾਂ ਜਿਹੜੀ ਗੱਲ ਪਿੱਛੇ ਕਲੇਸ਼ ਹੋਇਆ ਸੀ ਨਾ, ਨਾ ਇਹਨੇ ਹੁਣ ਤੱਕ ਪਾਸਵਰਡ ਦਿੱਤਾ ਫੋਨ ਦਾ, ਨਾ ਸਾਨੂੰ ਫੋਨ ਚੱਕਣ ਦਿੰਦੀ ਹੈ। ਮੈਂ ਇਦੂ ਬਾਅਦ ਤੂੰ ਆਪ ਹੀ ਸੋਚ ਲੈ ਵੀ ਕੀ ਕਰਦੀ ਹੈ ਕੀ ਨਾ ਹੈ। ਵਧੀਆ ਕੀਤਾ ਜਿਹੜੀਆਂ ਤਾਂ ਸਾਰੀਆਂ ਗੱਲਾਂ ਕਹਿਤੀਆਂ। ਫਿਰ ਕੀ ਕਹਿੰਦਾ ਉਹ? ਕਹਿਣਾ ਕੀ ਹੈ ਉਹਦਾ? ਕੁੜੀ ਨਾਲ ਮੈਂ ਦੇਖਦਾ ਬਈ ਮੈਂ ਕਰਦਾ ਗੱਲ, ਮੈਂ ਗੱਲ ਗੁੱਲ ਨਹੀਂ ਕਰਨੀ, ਬਸ ਮੈਂ ਇਹਨੂੰ ਮੁੜ ਕੇ ਨਾ ਤਾਂ ਬੁਲਾਉਣਾ ਨਾ ਲੈ ਕੇ ਜਾਣਾ। ਉੱਤੋਂ ਮੈਂ ਤੇਰੀ ਮਾਂ ਦੇਖ ਲੈ, ਉਹ ਆਖੇ ਮੇਰੇ ਭੈਣ ਦੀ ਉਹ ਲੱਗ ਗਈ ਇਲਜ਼ਾਮ ਲਾਉਣ, ਕਹਿੰਦੀ ਤੁਹਾਡੀ ਕੁੜੀ ਤਾਂ ਆਪ ਗੱਲਾਂ ਕਰਦੀ ਹੈ। ਕਿਹੜੀ ਗੱਲ ਹੋਈ ਮਾਂ? ਬੇ ਉਹੀ ਤਾਂ ਇਹ ਮਾਵਾਂ ਦੀਆਂ ਸਾਰਿਆਂ ਦੇ ਉੱਤੋਂ ਦੀ ਪਈਆਂ ਹੋਈਆਂ ਪੁੱਤ, ਜੱਸੇ ਨੂੰ ਕੀ ਸਮਝਦੀਆਂ ਨੇਗੀਆਂ। ਜੱਸਾ ਕਹਿੰਦਾ ਸੀ, ਕਹਿੰਦਾ ਬਈ ਇਹ ਹੈ ਹੀ ਇਹ ਜੀ ਮੇਰੇ, ਕਹਿੰਦਾ ਸਾਡੀ ਕਿਹੜਾ ਸੁਣਦੀ ਹੈ, ਹਰ ਇੱਕ ਗੱਲ 'ਚ ਕਹਿੰਦਾ ਉੱਪਰ ਵਾਰਾ ਹੋ ਕੇ ਚੱਲਦੀ ਹੈ। ਕਸੂਰ ਤਾਂ ਜੱਸੇ ਦੇ ਹੈ, ਜਿਹਨਾਂ ਦੇ ਚਾਰ ਚਾਰ ਗੁੱਤ ਨਹੀਂ ਜਿਹਨੇ ਟਾਈਮ ਸਿਰ ਧਰੇ ਹੁੰਦੇ ਨਾ, ਅਤੇ ਅੱਜ ਨੂੰ ਆਹ ਭਾਵੇਂ ਇਹਨੂੰ ਨਾ ਪਹੁੰਚਣਾ ਪੈਂਦਾ ਆਪਾਂ ਨੂੰ। ਚੱਲ ਮੈਂ ਕੁਛ ਵੀ ਹੈ ਦੇਖ, ਮੇਰੇ ਮਨ ਤੋਂ ਬੋਝ ਉੱਤਰ ਗਿਆ ਕਿ ਅਗਲੇ ਦੇ ਘਰੇ ਪਤਾ ਲੱਗ ਗਿਆ ਵੀ ਹਾਂ ਮੈਂ ਲਿਆ ਕੇ ਰਾਜੀ ਨਹੀਂ, ਹੁਣ ਮੇਰੇ ਪਾਸ ਤਾਂ ਕੱਲ੍ਹ ਦੇ ਨਿਬੇੜਦੇ ਅੱਜ ਨਿਬੇੜ ਦੇਣ ਉਹ। ਬਈ ਚੱਲ ਕੋਈ ਨਾ, ਖਬਰ ਹੈ ਕਿਵੇਂ ਨਿਬੜੂ ਕਿਵੇਂ ਨਾ ਪੁੱਤ, ਇਹਦਾ ਗਲ ਪੈ ਢੋਲ ਇਹ ਨਹੀਂ ਪਤਾ ਸਾਰੀ ਉਮਰ ਆਪਾਂ ਨੂੰ ਐਂ ਵਜਾਉਣਾ ਪਵੇ। ਐਵੇਂ ਤਾਂ ਕਿਵੇਂ ਵਜਾਉਣਾ ਪਵੇ, ਮੈਂ ਤਾਂ ਕੋਈ ਨਹੀਂ ਵਜਾਉਂਦਾ ਹੈ ਗਲ ਪੈ ਢੋਲ ਨਾਲੇ ਹੋਰ। ਤਾਰੀ ਤੂੰ ਤਾਂ ਆਪਦੀਆਂ ਗੱਲਾਂ ਲੈ ਕੇ ਬਹਿ ਜਾਂਦਾ ਹੈਗਾ, ਹੁਣ ਐਂ ਤਾਂ ਨਹੀਂ ਵੀ ਜੇ ਤਾਂ ਉਹਦੇ ਭਾਈ ਨੂੰ ਚਾਰ ਗੱਲਾਂ ਕਹਿ ਦੀਆਂ ਤਾਂ ਆਪਣਾ ਨਵੇੜਾ ਤਮੇੜਾ ਕਰਾ ਦੂਗਾ। ਫਿਰ ਐਂ ਥੋੜ੍ਹੀ ਆ ਹੁਣ ਜਿਵੇਂ ਕਹਿਣਗੇ ਆਪਾਂ ਉਵੇਂ ਚੱਲਾਂਗੇ। ਹਾਲੇ ਤਾਂ ਉਹਨਾਂ ਦਾ ਨਹੀਂ ਪਤਾ ਵੀ ਗਾਹਾਂ ਕੀ ਕਹਿਣ ਜੇ ਆਪਣੇ, ਤੈਨੂੰ ਪਤਾ ਹੀ ਹੈ ਵਾਲੀਆਂ ਤੇਜ਼ ਹੁੰਦੀਆਂ ਪੁੱਤ, ਹਾਲੇ ਤਾਂ ਇਹ ਨਹੀਂ ਪਤਾ ਆਪਣੇ ਸਿਰ ਹੋਰ ਕੀ ਦੂਸ਼ਣ ਲਾਉਣਗੇ ਇਹ। ਐਂ ਕੀ ਦੂਸ਼ਣ ਲਾ ਦੇਣਗੀਆਂ ਮਾਂ, ਐਂ ਜੇ ਲਾਉਂਦੀ ਵੀ ਹੈ ਨਾ ਚਾਹੇ 100 ਲਾ ਲੈਣ, ਮੈਨੂੰ ਕੀ ਪਰਵਾਹ, ਐਂ ਤਾਂ 100 ਕੁੱਤਾ ਭੌਂਕਦਾ ਹੁੰਦਾ। ਬੇ ਪੁੱਤ ਤੈਨੂੰ ਲੱਗਦਾ ਵੀ ਉਹ ਕਿਤੇ ਮਾੜੀਆਂ ਤੀੜੀਆਂ ਨੇ, ਉਹਨਾਂ ਦਾ ਤਾਂ ਇਹ ਨਹੀਂ ਪਤਾ ਆਪਣੇ ਸਿਰ ਹੋਰ ਕੀ ਦੂਸ਼ਣ ਲਾਉਣ, ਵੀ ਅਸੀਂ ਇੰਨਾ ਸਿਆਉਣਾ ਪਾਇਆ ਸੀ ਕੁੜੀ ਨੂੰ, ਇੰਨੇ ਲੱਖ ਰੁਪਇਆ ਨਗਦ ਝੋਲੀ 'ਚ ਪਾਇਆ ਸੀ, ਖਬਰ ਕੀ ਕੁਛ ਕਹਿਣੀਆਂ, ਆਪਾਂ ਕਿਵੇਂ ਖਿਹੜਾ ਛੜਾਵਾਂਗੇ ਉਹਨਾਂ ਤੁਹਾਡਾ। ਇਕੱਲੀ ਇਕੱਲੀ ਚੀਜ਼ ਦੀ ਤਾਂ ਸਲਿੱਪ ਪਈ ਹੈ, ਐਂ ਕਿ ਉਵੇਂ ਹੋ ਜਾਂਦਾ ਸਾਰਾ ਕੁਛ। ਬੇ ਪੁੱਤ ਜਦੋਂ ਇਹੋ ਜਿਹੇ ਸਿਆਪੇ ਪਏ ਜਾਂਦੇ ਨਾ, ਉਦੋਂ ਤਾਂ ਬੰਦਾ ਪਤਾ ਨਹੀਂ ਕੀ ਝੂਠ ਤਫਾਨ ਬੋਲਦਾ ਹੈਗਾ, ਆਪਾਂ ਕਿਹਦੇ ਮੂਹਰੇ ਸਫਾਈਆਂ ਪੇਸ਼ ਕਰਾਂਗੇ। ਜੇ ਉਹ ਝੂਠ ਬੋਲਣਗੇ ਤਾਂ ਚਾਰ ਝੂਠ ਆਪਾਂ ਬੋਲ ਦੇਵਾਂਗੇ, ਪਰ ਮੈਂ ਉਹਦੇ ਨਾਲ ਰਹਿਣਾ ਨਹੀਂ ਤਾਂ ਰਹਿਣਾ ਨਹੀਂ, ਬਸ ਮੈਂ ਅਗਲੇ ਦੇ ਘਰੇ ਖਬਰਸਾਰ ਕਰਤੀ ਦੇਖ ਆਪਦਾ, ਜਿਵੇਂ ਜੱਸਾ ਕਰੂਗਾ ਬਸ ਠੀਕ ਹੈ, ਜਾਂ ਤਾਂ ਫਿਰ ਉਹਦਾ ਮੈਂ ਅਗਲੇ ਤੁਕਲੇ ਮੁਕਲੇ ਸਿੱਧੀ ਕਰਕੇ ਭੇਜ ਦੇਣਗੇ ਉਰੇ। ਮੇਰੀ ਗੱਲ ਸੁਣ, ਕੋਈ ਨਹੀਂ ਦੇਖਦੇ ਖਬਰਾਂ, ਹੁਣ ਜੱਸਾ ਕੋਈ ਤਾਂ ਤੈਨੂੰ ਉੱਤਰ ਪੱਤਰ ਦੇਊਗਾ ਹੀ ਵੀ ਗੱਲ ਕਹਾਣੀ ਕੀ ਸਿਰੇ ਲੱਗਦੀ ਹੈ, ਖਬਰ ਹੈ ਹਜੇ ਉਹਦੇ ਨਾਲ ਵੀ ਘਰੇ ਕੀ ਕਾਟੋ ਕਲੇਸ਼ ਹੋਊਗਾ, ਇਹ ਨਹੀਂ ਪਤਾ, ਡਰਦਾ ਉਹ ਘਰੇ ਵੀ ਨਾ ਕੁਛ ਦੱਸੇ। ਹਾਂ ਤੇਰੀਆਂ ਸੁਣ ਲਈਆਂ ਹੋਣ ਉਹਨੇ, ਪਤਾ ਤਾਂ ਲੱਗੂਗਾ ਇੱਕ ਅੱਧੇ ਦਿਨ 'ਚ। ਚੱਲ ਕੋਈ ਨਹੀਂ, ਫਿਰ ਠੰਡ ਰੱਖ, ਲੱਗ ਜੂ ਪਤਾ। ਠੰਡ ਨਹੀਂ ਰੱਖੀ ਜਾਂਦੀ ਮਾਂ, ਮੇਰਾ ਨਾ ਸੱਚੀ ਦਿਨ ਦਿਮਾਗ ਖਰਾਬ ਹੋ ਰਿਹਾ। ਅਤੇ ਤੈਨੂੰ ਕੀ ਲੱਗਦਾ ਵੀ ਤੇਰਾ ਇਕੱਲੇ ਦਾ ਦਿਮਾਗ ਖਰਾਬ ਹੋਇਆ? ਤੈਨੂੰ ਪਤਾ ਸਾਰਾ ਦਿਨ ਰਾਤ ਚੈਨ ਨਹੀਂ ਆਉਂਦੀ ਮੈਨੂੰ। ਚੱਲ ਚੰਗਾ, ਮੈਂ ਤੈਨੂੰ ਐਂ ਦੱਸਣਾ ਹੋਇਆ ਵੀ ਦੇਖ, ਮੈਂ ਉਹਨੂੰ ਦੱਸਤਾ, ਫਿਰ ਤੂੰ ਕਹੇਗੀ ਪਤਾ ਨਹੀਂ ਮੇਰੇ ਲਈ ਕੋਈ ਗੱਲ ਨਹੀਂ ਕਦੇ। ਚੱਲ ਚੰਗਾ। ਹਾਂ ਬੰਦਕ ਵਿੱਚੋਂ ਕਦੇ ਉਹ ਆ ਕੇ ਸੁਰਲੀ ਛੱਡ ਜਾਂਦਾ, ਕਦੇ ਉਹ ਲੱਗ ਜਾਂਦੀ ਹੈ ਕੁੜੀ, ਦੱਸ ਮੈਂ ਕਿਹੜੇ ਖੂਹ 'ਚ ਜਾਵਾਂ, ਪਾ ਮਾਰਿਆ। ਅਜਸ ਕੀ ਕਹਿੰਦਾ ਸੀ, ਕੋਈ ਗੱਲ ਸੱਚੀ ਨਾ ਨਿਕਲੇ। ਮਾਂ ਤੁਸੀਂ ਤਾਂ ਸਾਰੇ ਟੱਬਰ ਨੇ ਲਹੂ ਪੀ ਲਿਆ, ਮੈਂ ਆ ਕੇ ਕੀ ਬੈਠ ਗਈ ਇੱਥੇ ਅੰਦਰ ਬਾਹਰ ਆਹੀ ਗੱਲਾਂ। ਉਹ ਕੀ ਕਹਿੰਦਾ ਸੀ, ਉਹ ਕੀ ਕਹਿੰਦਾ ਸੀ, ਤੂੰ ਗਲਤ ਆ, ਤੂੰ ਗਲਤ, ਤੈਨੂੰ ਕਿੰਨੇ ਵਾਰੀ ਕਹਿਤਾ। ਮੈਂ ਤੈਨੂੰ ਗਲਤ ਨਹੀਂ ਕਿਹਾ, ਮੈਂ ਤੈਨੂੰ ਇਹ ਕਿਹਾ ਵੀ ਜਿਹੜਾ ਜੱਸ ਗੱਲ ਕਰਦਾ ਕਿਤੇ ਸੱਚੀ ਨਾ ਹੋਵੇ, ਤੇਰੇ ਪਿਓ ਨੇ ਤਾਂ ਤੇਰੇ ਭਾਈ ਨੇ ਮੈਨੂੰ ਛੱਡਣਾ ਨਹੀਂ। ਸੱਚੀ ਗੱਲ ਪਤਾ ਕੀ ਆ, ਦੱਸਾਂ ਉਹਨਾਂ ਦੀ ਆਪਦੀ ਟੈਂਗਰੀ ਨਹੀਂ ਸਹੀ ਹੈਗੀ, ਕਿਸੇ ਨਾਲ ਫੋਨ ਤੇ ਗੱਲਾਂ ਕਰੀ ਜਾਂਦੀ ਸੀ, ਮੈਂ ਸੁਣ ਲਿਆ, ਜਦੋਂ ਉਹਨੂੰ ਪਤਾ ਲੱਗ ਗਿਆ ਵੀ ਹੁਣ ਇਹਨੇ ਸੁਣ ਲਿਆ, ਇਹ ਬਗਾਨੀ ਧੀ ਤਾਂ ਅਗਲੀ ਘਰੇ ਦੱਸੂਗੀ, ਜਾਂ ਮੇਰੇ ਭਾਈ ਨੂੰ ਦੱਸੂਗੀ, ਜਾਂ ਮੇਰੀ ਮਾਂ ਨੂੰ ਦੱਸੂਗੀ, ਆਪਦੀ ਗੱਲ ਤੇ ਇਹਨੂੰ ਕੌਣ ਬਦਲੇ, ਮੇਰਾ ਚੱਕ ਕੇ ਨਾਮ ਲਾਤਾ ਵੀ ਹਾਂ ਭਾਬੀ ਗਲਤ ਆ, ਵੀ ਭਾਬੀ ਦੇ ਛਿੱਤਰ ਭੋਲਾ ਪਹਿਲਾਂ ਕਰਾ ਦਾਂ, ਮੇਰੇ ਤੱਕ ਤਾਂ ਜਦੋਂ ਗੱਲ ਪਹੁੰਚੂਗੀ ਪਹੁੰਚੂਗੀ। ਉੱਦਾਂ ਦੇ ਬਾਂਦਰ ਉਹ ਨਿਕਲੇ, ਤਾਰੀ ਤੇ ਤਾਰੀ ਦੀ ਮਾਂ ਜਿਹਨੇ ਆਪਣੀ ਧੀ ਦੀ ਗੱਲ ਸੱਚ ਮੰਨ ਲਈ। ਤੂੰ ਇੱਥੇ ਖੜੀ ਉਹਨਾਂ ਨੂੰ ਗਾਲੀਆਂ ਦੇ ਜਾਂਦੀ, ਚੱਕ ਕੇ ਫੋਨ ਲਾਉਣਾ ਉਹਨਾਂ ਦੀ ਬੁੜੀ ਨੂੰ, ਵੀ ਚਾਹੁੰਦੀ ਕੀ ਹੈ ਤੂੰ।
लहू पी छड़ा एक गल बार बार करके। सासरी गल तो छड़ भैन जी, जेड़ी गल सुन वाली पहला वह सुन ना। मेरी धी ने की कसूर किया सी? अपने पुत नूं समझा ला ते नाले समझ जा तू। अपनी धी मगर लग के ना अपने पुत का घर बर्बाद ना कर। लगी समझ? तेरी धी ने नहीं तेनों एंड टाइम तक सांभना, तेरी नौ पुत ने तेनों सांभना। हाँ चुप कर, मेरी धी ते इल्जाम लाने की कोई लोड़ नहीं। अपनी धी बारे सोच, अपनी पीढ़ी थले सोटा फेर पहला। हाँ क्यों? मेरी धी गलत है? सुन फिर सच्ची, मेरी धी नहीं गलत, गलत तेरी धी है। तेरी धी नूं बगाने बंदे नाल गल्लां करदी नूं सुन लिया मेरी धी ने, ते उह छुट्टी भी कल्ली तां ही आई आ इत्थे अपने आशकां नूं खासमां नूं मिलदी फिरे। हाँ हुण तूं मेरे कोल सच्चियां सुणदी आ? सुन फिर सच्चियां अपनी धी दियां। हुण क्यों बूथा अड़दी आ तूं? अड़ेंगदी आ मैस वांगू। हाँ मैं तां बोलदी आ तेरी धी बारे, जिद्दां दी कोको उद्दां दे बच्चे। हां तेरी धी जवानी परे आ लक्षण कर दी, तू पता नहीं किन्ने कंधा कोठे टप्पे होने। चल चंगा, मैनू नहीं लोड़ अपनी धी भेजण दी, पर यह सोच ला भी जे अपनी धी मैं बसाऊंगी ना इत्थे बसाऊंगी, बसाऊंगी भी डंडे दे जोर नाल। तेरी उम्र दी आहो बकवास करन लगी सी तू, गल सिर्फ ओही कुड़ी दी होई आ, ओनू कदों पुट्ठा सीधा बोली जांदी सी? बोलना ना तैनू रोक नहीं सी सकदी? फिर मेरे मुंह तो इदा दिया चंगी माड़िया सुनूंगी। बस हूं गल पता लग गया, मेरा खेड़ा छड़ दोगे सारा टब्बर? नाले तो मैनू बार बार तू ना एक गल पुछी, तो नाले समझा लिया अपने नूह पुत नूं भी वार वार मेरे को आके ना मैनू सिक्ख्या का ज्ञान जना वढ़न। दिमाग खराब किया सारे टब्बर ने, पता नहीं की हो गया की नहीं। मेरे घर में चंगी भली भी आई सी, अननान जी ने बाहर आके पंगा पाता, पता नहीं इन्हें कदों जाना कदों नहीं। राणो राणो। हाँ जी मम्मी। हाय कि मैं कह सकती है राणो? हाँ जी मम्मी। मैनू ये दस भी जिहड़ी तैनू गल पुछूंगी तू सच सच दसेंगी मैनू? लै मम्मी अगे कड़ा मैं झूठ बोलिया, तुसी यह जे क्वेश्चन क्यों कर रहे हो? तुसी पुछो जो पूछना है। मैनू ये दस तेरी किहदे नाल गलबात है ते किहदे नाल गल्लां करदी है तू? मैं? हाँ तू। गलबात मम्मी की क्वेश्चन करी जाने हो तुसी? राणो इन्ना ना हैरान होने की लोड़ नहीं, मेरी गल सुन ला, मैनू सही सही दस दे पुत किहदे नाल गल करदी है। तैनू पता है मनप्रीत की माँ ने मेणा मारिया मैनू, कहती मेरी धी नूं कुछ कहण तों पहलां आपदी पीढ़ी थले सोटा फिर, ते तेरी धी की करदी फिरदी है? लै मम्मी पक्का मेरे ते इल्जाम लाउंदे ने, मैं किस नाल नहीं गल कीती हैगी। अच्छा ओ मनप्रीत ने ना उस दिन मैनू कॉल ते गल करदे देख के, फिर मैं उही तां पुछदी आं पुत किहदे नाल गल करदी सी? तैनू पता है ना मैं तां इहो जिहा कुछ जमीं बर्दाश्त नहीं कर सकदी, तेरी मां जिउंदे जी मरजू। मम्मी प्लीज़ इहो जिही गल ना करो, हो जस्ट फ्रेंड सी मेरी, उन्हें मैं दसिया भी है तो मैं कही जाती है मैनू अपनी वड्डी भैन समझ जा छोटी भैन समझ। मैं उन्होंने कहा भी यही जी कोई गल नहीं, जो यह जी गल होगी मैं अपने घर दू पहला दसूंगी। कहते नहीं कोई गल नहीं पहला मैनू दस, यही जी गल कर दी सी जी। राणो मेरी सहु खा के कह पुत भी तू मैनू झूठ नहीं बोलती। मम्मी थोड़ी सहु लगे मैं जी नहीं हैगी, जे यही जी कोई गल होगी पहला थोनू दसूंगी मैं। पुत रब दा वास्ता तेरी मां दी किसे मूहरे नीवियां ना पवा दी। मम्मी प्लीज मैनू रोना आ जू, इह जी गल ना करो, तुहानू मेरे ते बिलीव है ना मैं सच ही कह रही हाँ। फिर उहने एडा वड्डा इल्जाम तेरे ते क्यों लाया? मम्मी पक्का मेरे तो बदला लेना चाहती है ना, मैं उहदी सच्चाई लियांदी है ना सामने, थां करके मेरे ते इल्जाम लाउंदी आ उह। हाँ पुत ये तो गल तेरी सही है, हुण तां सत्ती कपड़ी अग लग गई जदों तैं उहदियां गल्लां दसियां, पर हाड़े धीए तू कदे भी मेरियां नीवियां ना पवा दी। मम्मी थोड़े नाल वादा है इहो जी वे जी कोई गल नहीं, जे इहो जी गल होगी पहला मैं तुहानू दसूंगी। हाँ तां पुत मैनू तेरे ते पूरा यकीन है, पर जदों उहने एड्डी वड्डी गल कही तां मैनू भी सच्ची अग लग गई,
पर एक गल पुत तू भी याद रखी, जे किते कोई एही जी गल होगी ना तो तू आपदी मरी हुई मां दा मुंह देखेगी। मम्मी प्लीज इस टॉपिक नू तुसी इत्थे बंद करो, थानू पता ही है मैं जे कोई काम नहीं कर सकती हैगी जिस करके थोड़ा सिर नीवे होवे। खरी भी ना पुत, की गल होगी मां, कीदा सिर नीवा करी जाने हो? पुत तेरी सस दा फोन आया सी ते मैनू बहुत कुछ बोली, मैनू कहंदी तुसी मेरी धी ते झूठे इल्जाम लाउणे हो। तां उहदा फोन चक्किया का तो पुत, चल फोन तां मैं चक्कणा ही सी, मैं कहा सुणा कहंदी की है ते राणो बारे बहुत कुछ बोली। राणो बारे? हाँ। क्यों? मैनू कहंदी मेरी धी नू कुछ कहण तो पहला आपदी पीढ़ी थले सोटा मार, वी तेरी धी की करतूतां करदी फिरदी है, तेरी धी किसे नाल गल्लां करदी है, पता नहीं मैनू किन्ना कुछ बोली। पुत मां जो तेन पता ही है वह लोग हैगी यह जे ने, हूँ उन्होंने पता लग गया भी मेरी धी की करतूत पता लग गई, जान के हूँ राणू बिच खिंच लिया। और वीरे मेरे तो बहुत इल्जाम लाते सुन जो नहीं है, पूछे ना बस जिमें कहते माड़े रिश्तेदार वाह पै गया अपना। तो पर पुत्र का यह हक नहीं सी बनता इन धी ध्याणी बिना किसी गल तो इन्ना कुछ बोलन का। मां जी का अगा पिछा ना हो वह अं करता उन्हीं देखता हों भी आप किन की बोलना है, उन्हें मनप्रीत का की समझा थी भी भाई तू सुधर के रह पहला की कुछ होके हटिया। जे उन्होंने ना शह देवे ना तो यह भी सीधी होके रहे, मनप्रीत नू पट्टे ही उन्हें हैगा। असल च ना कई माँ बाप आपकी धी बिगाड़ देंगे, चाहे पुत चाहे धी है, यह नहीं होंगे भी जरूरी माँ बाप सीधे राह ही पाँगा, कई पुठे राह पाने वाले भी होंगे ने, उन्होंने चो एक ने। होर भी इन्हू तो देख के बोलना चाहिए बस, वह मेरे तो बदला लैके हटूगी, मैं तो यही लगता। बादले दस की करूँ भैने तेरे नाला, तेरे नाल की कर लू, बस जबान गंदी करूँ करी जान दे। तेन पता ना पुत आप कल कुड़ी ब्याहनी भी है, जे बदनामी कर लगी आप किधर जावे? कितने कर लू बदनामी, तेरे लिए गल कहती बात तो अपने रिश्तेदारी चिकन दिन होर करू, आए कि नहीं गड्डा खड़ता अपना उन्होंने बिना जान के कर दिन आया भी किसी ना किसी बहाने मनप्रीत नूरे लै आईए, आप लैके नहीं आते भाई जिन्ना टाइम वो लक्षण नहीं सुधार दी आपदे। सही गल है, जब तक उन्होंने फील नहीं होंगे इस घर च वाड़न की लड़ नहीं। मम्मी नाले भैने पहला बथेरा कुछ हो गया इस तरह, बस तेन एवं कहते लको रखे भी चल कहते जो गल सामने आई गई फिर की करिए। पर पुत यह गल् बाला चिर नहीं लुकदिया होंगे, कहते तो होंगे भी कंधा के भी कन्न होंगे, लोगों को घरें बाद पता लगता, लोगों तो ढोल पहला बज जाते हैं। मां सारी दुनिया पता ही है ठीक है, पहला कड़ा राण उरे रह के नहीं गई है, एक पहला बार ही रही थी, हूँ गई है बार बार जाके किधर नहीं सारा कुछ बन जूगा, किसी के कहे कुछ नहीं बनता होंगे, टेंशन ले जाने कादे वास्ते, आज तो मैनू सौ कुछ बोल दिया। चल मम्मी छोड़ो आह गल, और चल आ जा अंदर आ जा, तड़की तक मेरा तो दिमाग खराब करके रखता टेंशन ले गल नहीं बात नहीं कही जान दे, तू मुड़के तो फोन ना चुकी ठीक है। मनप्रीत भाभी जे कुछ मैनू समझाउण आई है ना प्लीज, मेरा सिर पहले ही बहुत दुखी आता, मैं मम्मी नू स्पेशल कह के भी आई हूँ वीर ते भाभी नू कह दी मैं ज्ञान वंडन की लोड़ नहीं। मनप्रीत मैं तेनू ज्ञान नहीं वंडन आई ठीक है, आपदियां ना आकड़ा जी आपदे झोले च पा के रख, जदों मैं तुहानू चंगी होई नहीं लगदी इस घर च बैठी फिर वार वार मेरे कोल आउंदे क्यों? मेरे माँ प्यो दा घर आ, जिन्ना टाइम मेरा जी करूगा ना मैं इस घर च रहूंगी, जिन्ना मर्जी जोर ला लो मैं निकलदी नहीं। ਆਪਦੀ ਨੰਦ ਤੇ ਕਿਉਂ ਤੜਫਦੀ ਆ, ਉਹ ਵੀ ਅਗਲੀ ਆਪਦੇ ਮਾਂ ਬਾਪ ਦੇ ਘਰੇ ਆਈ ਆ। ਫਿਰ ਮੈਂ ਤਾਂ ਉਹਨੂੰ ਕਿਹਾ ਨੀ ਵੀ ਉਸ ਘਰ ਚੋਂ ਨਿਕਲ ਜਾ, ਉਹ ਤਾਂ ਆਪ ਹੀ ਨੀ ਰਹਿ ਕੇ ਰਾਜੀ ਸਾਡੇ ਵਰਗਿਆਂ ਨਾਲ। ਮਨਪ੍ਰੀਤ ਥੋੜਾ ਨਾ ਦਿਮਾਗ ਤੋਂ ਕੰਮ ਲੈ ਲਾ, ਇਹ ਰਿਸ਼ਤੇ ਐਂ ਨਹੀਂ ਹੁੰਦੇ ਵੀ ਉਹਦੀ ਤੋੜ ਦਾ ਤੇ ਉਹਦੀ ਜੋੜ ਲਓ, ਉਹਨਾਂ ਲਈ ਤਾਂ ਇਹੋ ਜਿਹੀ ਆ, ਉਹਨਾਂ ਲਈ ਤਾਂ ਬਸ ਕੱਚੇ ਤਾਂ ਗੈਰ ਗਿਆ ਰਿਸ਼ਤੇ ਵੀ ਹਾਂ ਜਦੋਂ ਜੀ ਕੀਤਾ ਕਿਸੇ ਦੀ ਧੀ ਨੂੰ ਕੁੱਟਤਾ ਤੇ ਕਿਸੇ ਦੀ ਧੀ ਨੂੰ ਘਰੋਂ ਕੱਢਤਾ, ਉਹ ਵੀ ਕੀ ਜਾਣਨਗੇ। ਇਹੋ ਜਿਹਾ ਬੇਵਕੂਫ ਕੋਈ ਨਹੀਂ ਹੁੰਦਾ ਵੀ ਬਿਨਾਂ ਮਤਲਬ ਤੋਂ ਕਿਸੇ ਤੇ ਹੱਥ ਚੱਕਦਾ ਠੀਕ ਹੈ। ਫਿਰ ਉਹ ਤਾਂ ਬੇਵਕੂਫ ਹੀ ਆ, ਉਹਨਾਂ ਨੂੰ ਤਾਂ ਮਤਲਬ ਪਤਾ ਵੀ ਨਹੀਂ ਲੱਗਿਆ ਵੀ ਗੱਲ ਹੋਈ ਕੀ ਆ ਨਹੀਂ ਕੀ ਨਹੀਂ ਹੋਈ, ਬਿਨਾਂ ਮਤਲਬ ਤੋਂ ਚੱਕ ਕੇ ਜਲੂਸ ਕੱਢਤਾ। ਚੱਲ ਮਨਪ੍ਰੀਤ ਤੂੰ ਐਵੇਂ ਨਾ ਫਾਲਤੂ ਇੰਨਾ ਗੁੱਸਾ ਨਾ ਕਰ, ਮੈਂ ਸਾਰੇ ਪਰਿਵਾਰ ਨੂੰ ਸਮਝਾ ਦੂੰਗੀ, ਪਰ ਤੂੰ ਕੰਟਰੋਲ 'ਚ ਰਹਿ, ਤੂੰ ਆਪਦੇ ਘਰ ਸਹੁਰਿਆਂ ਤੋਂ ਮਾਫ਼ੀ ਮੰਗ ਲਾ, ਤੇਰਾ ਘਰ ਵੱਸ ਜੂਗਾ। ਕੋਈ ਨਹੀਂ ਜਿੱਦੇ ਆਉਣਗੇ ਨਾ ਉਹਦੇ ਦੇਖੀ ਜਾਊਗੀ, ਮਾਫ਼ੀ ਵੀ ਮੰਗੀ ਜਾਊਗੀ, ਨਾਲੇ ਇਹਦਾ ਟਾਈਮ 'ਤੇ ਹੀ ਪਤਾ ਲੱਗੂਗਾ ਵੀ ਮਾਫ਼ੀ ਮੰਗਦੀ ਹਾਂ ਮੈਂ ਕਿ ਮੰਗਾਉਂਦੀ ਹਾਂ। ਆਹੀ ਆਪਦੀਆਂ ਹੈਂਗੜਾਂ ਨਾ ਛੱਡੀ, ਐਂ ਤਾਂ ਤੇਰਾ ਘਰ ਵਸੀ ਖੜਾ। ਭਾਬੀ ਤੂੰ ਮੈਨੂੰ ਸਮਝਾਉਣ ਆਈ ਹਾਂ ਕਿ ਤਾਨੇ ਮਿਹਣੇ ਮਾਰਨ ਆਈ ਹਾਂ? ਆਈ ਤਾਂ ਸਮਝਾਉਣ ਸੀ, ਪਰ ਜੇ ਦੇ ਤੇਰੇ ਲੱਛਣ ਆ ਨਾ ਸਮਝਣ ਸਮਝਣ ਵਾਲੀ ਨਹੀਂ ਹੈਗੀ ਤੂੰ। ਪਰ ਮੰਮੀ ਤਾਂ ਤੈਨੂੰ ਗਾਲਾਂ ਚੰਗੀਆਂ ਹੀ ਮਿਲਦੀਆਂ, ਟਿਕਦੀ ਨਹੀਂ ਤੂੰ ਉਹਨਾਂ ਟਾਈਮ ਜਿੰਨਾ ਤੈਨੂੰ ਟਾਈਮ ਤੈਨੂੰ ਗਾਲਾਂ ਨਾ ਮਿਲਣ, ਰੋਟੀ ਤੇਰੇ ਵੀ ਨਹੀਂ ਹਾਜ਼ਰ ਹੁੰਦੀ। ਗਾਲਾਂ ਤੋਂ ਬਿਨਾਂ ਕੋਈ ਕੰਮ ਨਹੀਂ, ਜੇ ਜੇ ਵਾਲੇ ਉਹ ਜਿਹੇ ਕੁੱਝੇ, ਜੇ ਜੀ ਮਾਂ ਉਹ ਜਿਹੀ ਧੀ ਆ,
सारा दिन कलेश कलेश कलेश। चल चंगा फिर तुसी ता वधिया, तुसी क्यों नहीं हजम कर ले करो बिना कलेश तो। तेरे नहीं आंदी हजम गालां दे तो बिना। कोई तुहानू समझाउणा दा कोई भला करना आंदा ना, अगले दी सुन लईदी हुंदी है। चल चंगा भाभी धन्नवाद तेरा जिहड़ा तू मैनूं समझाता, कोई नहीं चल मैं की लैणा तेरा घर तेरा घर। सियापा का ना फोन जा किथे अग लाया मैं। हेलो, ओ कादी ठीक है यार, एक तेरे करके मेरा किन्ना जलूस निकली आंदा, ओ भी एक घर च नहीं रहने दो दो घर च। होना की दस्या सी ना भी उन्हां दी कुड़ी ने बाहर आना, पता नहीं किवें सड़ी हुई ने सारियां गल्लां सुन लिया मैनू मेरिया, चक के उन्हां दे कन्नां च चोतियां भी हां भाभी तां तुहाडे मगरों आ कुछ करदी आ, जदों मम्मी घरे नहीं हुंदी ते तुसी वीरे घरे नहीं हुंदे, फिर की होना सी। जलूस कट के रखता, कुट के अगले ने घरों कटता भी हाँ असी तो रखते नहीं है, जा आपके पेक्या दे भग जा, आप पेक्या दे आके मगरों बड़ियाँ, भरा भरजाई ने पहला कलेश कर रखिया भी हाँ हाँ आ कतो गई उत्थे क्यों नहीं वस सकी, गलती एदी आ। जो दसन वाली होंगी तो मैं पहला दी ना दस दिन दी, हुण मैं जुंडे पटाने सारे तो कमाल करी जाना यार। मैनू नहीं पता मेरे तो जिवें गल हुंदी है ना मैं करी जानी, प्लीज मेरा लहू ना पिया कर, तू भी बथेरा तंग कर लिया तू भी मैनू। आहो कोई नहीं जो तो सारा काम सैट वैट आ गया ना मैं तो फिर फोन करूंगी, हुण मैं कोई फोन नहीं लाउणा, मैं तैनूं दसता भी मेरे घर बहुत कलेश चली जांदा, नाले मेरे पेके घर च नाले मेरे सहुरे घर च दोनों पासे मेरी बेइज्जती हो जांदी आ, बस मैनू फोन ना लाई इहदों बाद। मनप्रीत गल्लां करदियां तू फोन ते, ओ भी मुंडिया नाल ते मैनू मैनू झूठ बोली गई, नी अपनी मां नू झूठ बोलदी रही, शर्म नहीं आई तैनू? हाय रब्बा किन्ना यकीन कीता मैं इस कुड़ी ते, इन्हें अपने सहुरिआं दा यकीन तां तोड़ना ही तोड़ना सी, इन्हें अपनी मां दा यकीन भी तोड़ता। मनप्रीत मम्मी तेरे ते मैनू आस नहीं सी, तेरे ते मैनू आस नहीं सी वे तू मेरे नाल आ कुछ करूंगी, केड़ा मुंडा जिहदे नाल गल करदी है, तैनू व्याहता वरता तैनू शर्म नहीं आती, नी किहदे नाल गल्लां करदी आ भौंक पा। मम्मी मैं ते इत्थे व्याह करवा के खुश ही नहीं सी। चुप, साडा कुंडा करवा के हुण तू व्याह करवा के खुश नहीं सी, नी नखसमी है तैनू किथे तोड़ दवां, जिहदे नाल खेह खांदी फिरदी मैनू पहलां दस दिंदी मैं उहदे नाल तोड़ दिंदी तैनू, मैं तां अपने पुत दा वी कुंडा करवाता। मम्मी प्लीज हौली बोल, पछ वीर नूं पता लग गया उह बहुत लड़ूगा मेरे नाल। जे उहनूं इह पता लग गया वी मां नूं सब कुछ पता वी मेरे नाल लड़ूगा, उहनी तां दोनां ने प्यो पुत ने मेरी चुंडी नूं बढ़ दे लाणा। मम्मी मां बण के प्लीज किवें ना किवें हैंडल कर ला, हुण तां मैं तैनूं सच दस्सदा ना वी गल की आ। मम्मी बण के तूं सच दस्सिया नहीं तेरा झूठ फड़िया गया, तू ते मुंडे नाल गल करदी आ, ਨਹੀਂ ਮੈਨੂੰ ਤਾਂ ਤੂੰ ਜੀਣ ਜੋਗੀ ਨਹੀਂ ਛੱਡਿਆ, ਮੈਂ ਤਾਂ ਰੌਲਾ ਵੀ ਨਹੀਂ ਪਾ ਸਕਦੀ। ਮੰਮੀ ਤੇਰਾ ਕੀ ਨਾ ਕਰਾਂ, ਕੀ ਮੰਮੀ ਮੰਮੀ ਲਾਈ ਆ, ਤੂੰ ਤਾਂ ਸਭ ਕਸੇ ਦਾ ਸਾਡਾ ਕੁੰਡਾ ਕਰਵਾ ਕੇ ਰੱਖ ਦਿੱਤਾ। ਨਹੀਂ ਕਰਦੀ ਮੈਂ ਗੱਲ ਕਿਸੇ ਨਾਲ ਨਹੀਂ ਕਰਦੀ ਪੱਕਾ, ਤੇਰਾ ਕੀ ਯਕੀਨ ਆ ਵੀ ਤੂੰ ਹੁਣ ਗੱਲ ਨਾ ਕਰੂੰਗੀ, ਨਹੀਂ ਮੁੰਡੇ ਵਾਲੇ ਤਾਰੀ ਹੋਣੀ ਕੀ ਸੋਚਣਗੇ ਸਾਡੇ ਬਾਰੇ। ਮੰਮੀ ਮੈਂ ਤਾਂ ਆਪਣੀ ਕੋਟਮਣੀ ਨੂੰ ਵੀ ਇੰਨਾ ਕੁਛ ਬੋਲ ਦਿੱਤਾ, ਮੈਂ ਕੀ ਇੱਕ ਤੂੰ ਹੀ ਆ ਜਿਹੜੀ ਮੇਰੇ ਹਰ ਦੁੱਖ ਸੁੱਖ 'ਚ ਮੇਰੇ ਨਾਲ ਖੜਦੀ ਹੁੰਦੀ ਆ, ਮੇਰਾ ਸਾਥ ਦਿੰਦੀ ਹੁੰਦੀ ਆ। ਆਹ ਗੱਲ ਵੀ ਲੁਕੋਲਾ, ਮੈਂ ਸੱਚੀ ਕਿਸੇ ਨਾਲ ਗੱਲ ਨਹੀਂ ਕਰਦੀ ਅੱਜ ਤੋਂ ਬਾਅਦ, ਪੱਕਾ ਕਹਿੰਦੀ ਹਾਂ ਜੇ ਤੂੰ ਕਹੇਂਗੀ ਨਾ ਵੀ ਉਹਨਾਂ ਤੋਂ ਮਾਫ਼ੀ ਮੰਗਣੀ ਹੈ ਮੈਂ ਮਾਫ਼ੀ ਵੀ ਮੰਗ ਲੂੰ, ਪਰ ਪਲੀਜ਼ ਉੱਚੀ ਨਾ ਬੋਲ, ਜੇ ਵੀਰੇ ਨੂੰ ਪਤਾ ਲੱਗ ਗਿਆ ਮੈਨੂੰ ਘਰੋਂ ਕੱਢ ਦਿਉ, ਫਿਰ ਮੈਂ ਕਿੱਥੇ ਜਾਊਂਗੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਤੁਹਾਡਾ, ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ, ਅਤੇ ਤੁਹਾਨੂੰ ਸਾਡੀ ਇਹ ਸੀਰੀਜ਼ ਕਿੱਦਾਂ ਦੀ ਲੱਗ ਰਹੀ ਆ ਪਲੀਜ਼ ਸੋਹਣੇ ਸੋਹਣੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ, ਤਾਂ ਜੋ ਅਸੀਂ ਅੱਗੇ ਸੋਹਣੇ ਸੋਹਣੇ ਐਪੀਸੋਡ ਲੈ ਕੇ ਆਈਏ, ਅਤੇ ਤੁਸੀਂ ਇੱਦਾਂ ਹੀ ਸਾਨੂੰ ਸਪੋਰਟ ਕਰੋ ਅਤੇ ਪਿਆਰ ਕਰੋ, ਅਸੀਂ ਵੀ ਆਪਣੇ ਆਪ ਨੂੰ ਥੋੜ੍ਹਾ ਇੰਪਰੂਵ ਕਰਾਂਗੇ ਅਗਰ ਤੁਸੀਂ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਦੱਸੋਗੇ ਕਿ ਤੁਹਾਡੀ ਸੀਰੀਜ਼ ਸਾਨੂੰ ਬਹੁਤ ਪਸੰਦ ਹੈ, ਅਤੇ ਕਿਹੜਾ ਕਰੈਕਟਰ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਅਤੇ ਉਹਦਾ ਵੀ ਕਮੈਂਟ ਕਰਦਿਆ ਕਰੋ।
ਤੇ ਤੁਸੀਂ ਸਾਨੂੰ ਸੁਜੈਸਟ ਵੀ ਕਰ ਸਕਦੇ ਹੋ ਕਿ ਅੱਗੇ ਕੀ ਕਰੀਏ, ਸੀਰੀਜ਼ ਕਿੱਧਰ ਨੂੰ ਲੈ ਕੇ ਜਾਈਏ, ਤੁਹਾਨੂੰ ਕਿਸ ਚੀਜ਼ 'ਚ ਇੰਟਰਸਟ ਆ, ਅਸੀਂ ਉੱਦਾਂ ਦੀ ਸੇਮ ਜਿੱਦਾਂ ਤੁਸੀਂ ਕਹੋਗੇ ਉੱਦਾਂ ਦਾ ਐਪੀਸੋਡ ਅਤੇ ਉੱਦਾਂ ਦੀ ਸੀਰੀਜ਼ ਅਸੀਂ ਅੱਗੇ ਅੱਗੇ ਲੈ ਕੇ ਜਾਵਾਂਗੇ। ਅਤੇ ਪਲੀਜ਼ ਸਾਨੂੰ ਸਪੋਰਟ ਕਰੋ ਅਤੇ ਸ਼ੇਅਰ ਕਰੋ, ਲਾਈਕ ਕਮੈਂਟ ਜ਼ਰੂਰ ਕਰਿਆ ਕਰੋ। ਸਤਿ ਸ਼੍ਰੀ ਅਕਾਲ ਜੀ।